हाँ जी प्यार भाई, सत श्री अकाल जी सारिआं नूं। की हाल चाल जी सारिआं दे? लो जी अज फिलपीन च मौसम दिखाइए तुहानूं। हाँ तो दो तीन दिन बहुत औखे लंघे क्योंकि इतने भूचाल आया सीगा, जिद्दां तुहानूं असीं शेयर कीती सी वीडियो, शायद तुसीं देख लिओगे टिकटॉक ते पाई सी शायद, उहदा स्टेटस ते मैं ला लिया सीगा। तो बहुत ज़्यादा भयानक इतने भूचाल आया सीगा 27 तरीक सिद्धन 27 तरीक नूं। ਤੇ ਹਫ਼ਤਾ ਇੱਕ ਦੱਸਿਆ ਕਿ ਝਟਕੇ ਲੱਗਦੇ ਰਹਿਣੇ, ਹੁਣ ਲੱਗੀ ਜਾਂਦੇ ਮਾੜੇ ਮਾੜੇ ਹਲਕੇ ਹਲਕੇ ਝਟਕੇ। ਉਦਾਂ ਟੈਨਸ਼ਨ ਨਾ ਲਿਓ, ਸਭ ਠੀਕ ਆ, ਪਰ ਥੋੜਾ ਨੁਕਸਾਨ ਇੱਥੇ ਹੋਇਆ ਹੈ, ਪਰ ਫੇਰ ਵੀ ਪ੍ਰਮਾਤਮਾ ਨੇ ਹੱਥ ਦੇ ਕੇ ਰੱਖ ਲਏ, ਹੈਨਾ, ਫੇਰ ਵੀ ਬਚਾ ਆਇਆ। ਤੇ ਹੁਣ ਅਸੀਂ ਮਾੜਾ ਘੁੰਮਣ ਆਏ ਸੀ, ਮੈਂ ਚੱਲ ਨਾਲੇ ਮਾੜੀ ਮਾੜੀ ਗੱਲਾਂ ਬਾਤਾਂ ਕਰ ਲੈਂਦੇ, ਨਾਲੇ ਵਲੌਗ ਬਣ ਜੂਗਾ, ਠੀਕ ਆ ਜੀ। ਤੇ ਇੱਦਾਂ ਦੇ ਇੱਥੇ ਆ ਦੁਕਾਨਾਂ, ਆ ਦੇਖੋ ਇੱਦਾਂ ਦੀਆਂ ਦੁਕਾਨਾਂ ਆ, ਇੱਦਾਂ ਗਾਹਕ ਬਣਾਇਓ ਆ, ਪੈਸੇ ਦਿੱਤੇ ਹੋ ਆ ਉਹਨਾਂ ਨੂੰ, ਬਸ ਫੜਨਾ ਹੁੰਦਾ ਸੀ। ਇੱਥੇ ਦੀਆਂ ਦੁਕਾਨਾਂ ਜਿੱਦਾਂ ਆਪਣੇ ਪੰਜਾਬ 'ਚ ਇੰਡੀਆ 'ਚ ਦੁਕਾਨਾਂ ਹੁੰਦੀਆਂ ਨਾ, ਲੇਜ਼ ਵਗੈਰਾ ਰੱਖੇ ਹੁੰਦੇ ਆ, ਇੱਥੇ ਆਹ ਸਮਾਨ ਹੁੰਦਾ ਰੱਖਿਆ ਇਹਨਾਂ ਨੇ, ਇੱਥੋਂ ਅਸੀਂ ਸਮਾਨ ਫੜਨਾ ਮਾੜਾ ਅਤੇ ਤੁਹਾਨੂੰ ਚੱਲਣਾ ਹੈ। ਚਲੋ ਗੱਲਾਂ ਬਾਤਾਂ ਬਾਅਦ 'ਚ ਕਰਦੇ, ਪਹਿਲਾਂ ਸਮਾਨ ਲੈ ਲਈਏ। ਮੌਸਮ ਦੇਖੋ ਫਿਲਪਾਈਨ ਦਾ, ਦੇਖੋ ਸਾਰੇ ਪਾਸੇ ਬੱਦਲੇ ਬੱਦਲ, ਮੀਆਂ ਦਾ ਮੌਸਮ ਬਸ ਆ ਗਿਆ ਹੈ। ਹਾਂਜੀ ਮੈਡਮ, ਉਹਨਾਂ ਦਾ ਬੀ ਬੀ ਡਾਊਨ ਹੋਇਆ ਸੀਗਾ, ਮੇਰਾ ਫੇਵਰੇਟ ਮੌਸਮ ਹੈ, ਅਰਲੇ ਵੀ ਹੈਗਾ, ਮੇਰੀ ਅੱਖਾਂ ਚੜੀਆਂ ਨਾ। ਬੀਬੀ ਲੋ ਹੋ ਗਿਆ ਰਿੰਪਲ ਦਾ ਅੱਜ, ਤੇ ਹੁਣ ਆਇਆ ਘੁੰਮਣ ਵੇਨ, ਹਵਾ ਠੰਡੀ ਜੀ ਹਵਾ ਲੈਣ ਆਏ, ਮੈਂ ਕਿਹਾ ਬੀਬੀ ਨਾਲ ਸਹੀ ਹੋ ਜਾਊਗਾ, ਹਨਾ। ਨਾਲ ਸਾਡੇ ਆ ਗਿਆ ਸਰ, ਮਸਾਜ ਬਹੁਤ ਵਧੀਆ ਕੀਤੀ। ਹਾਂ ਮਸਾਜ ਕੀਤੀ ਮੈਂ, ਕਿੰਨਾ ਤੇਲ ਲਾਇਆ ਮੈਂ? ਬਹੁਤ ਲਾਇਆ ਤੇਲ, ਉਦੇ ਡੋਲਤਾ ਸਿਰ 'ਚ। ਪਹਿਲਾਂ ਚਾਹ ਬਣਾਈ ਮੈਂ, ਉਹ 'ਚ ਮਿੱਠਾ ਜ਼ਿਆਦਾ ਪੈ ਗਿਆ, ਮੈਨੂੰ ਲੱਗਦਾ ਵਿਚਾਰੀ ਉਦੇ ਪੀ ਗਈ। ਚੰਗੀ ਸੇਵਾ ਕੀਤੀ, ਪਹਿਲਾਂ ਮੈਂ ਮਿੱਠਾ ਪਾਇਆ ਥੋੜ੍ਹਾ, ਮੈਂ ਕਿਹਾ ਰੂਹ ਲਾਤੀ ਮੇਰੀ ਕੰਮ ਕਰਨ 'ਚ, ਪਹਿਲੀ ਵਾਰ ਚਾਹ ਬਣਾਈ, ਪਹਿਲਾਂ ਮੈਂ ਮਿੱਠਾ ਪਾਇਆ ਥੋੜ੍ਹਾ, ਮੈਂ ਕਿਹਾ ਜ਼ਿਆਦਾ ਥੋੜ੍ਹਾ ਪੈ ਗਿਆ, ਫਿਰ ਪਾਇਆ, ਮੈਂ ਕਿਹਾ ਯਾਰ ਬਰੀਕ ਜਿਹੇ ਖੰਡ ਆ, ਪਤਲੀ ਜਿਹੇ ਬੂਰਾ ਜਿਹੇ ਖੰਡ ਹੀ ਆਉਂਦੀ ਆ, ਅਤੇ ਮੈਂ ਹੋਰ ਪਾਤੀ। ਉਹ ਜਦੋਂ ਬਾਅਦ 'ਚ ਹੁਣ ਪੀਤੀ, ਕਹਿੰਦੀ ਖੰਡੇ ਭੁੱਸ ਗਈ, ਜਦੋਂ ਪੀ ਕੇ ਕੀ ਮੈਂ ਅੰਦਰ ਹੀ ਲੰਘੇ, ਉਹ ਜਿੱਦਾਂ ਵਿੱਚ ਹੁੰਦਾ ਨਾ, ਕੀ ਕਹਿੰਦੇ ਹੁੰਦੇ ਆ, ਚਾਣੀ, ਉਹ ਸਵਾਦ ਆਇਆ। ਲਓ ਜੀ ਆਹ ਦੇਖੋ ਬੀਬੀ ਆ ਗਈ ਆ, ਉਹਨੇ ਤਾਂ ਪੈਸੇ ਫੜ ਕੇ ਆਪਾਂ ਚੱਲ ਲੈਣਾ ਘਰ ਨੂੰ। ਲਓ ਜੀ ਹੁਣ ਮੀਂਹ ਦੀਆਂ ਤਿਆਰੀਆਂ, ਮੀਂਹ ਡਿੱਗਣ ਲੱਗ ਪਿਆ, ਮੀਂਹ ਬਹੁਤ ਤੇਜ਼ ਆ ਜਾਣਾ, ਸਾਨੂੰ ਅੱਠ ਕੇ ਜਾਣਾ ਪੈਣਾ ਮੈਨੂੰ ਲੱਗਦਾ ਘਰ ਨੂੰ। ਉਹ ਨਿਆਣੇ ਦੇਖੋ ਸਾਡੇ ਜਾਂਦੇ, ਉਹ ਸਾਈਕਲ ਚਲਾਉਂਦੇ, ਉਹਦੇ ਸਾਈਕਲ, ਮਿੰਗਲੀ ਕਿੱਧਰ ਜਾਈ ਜਾਂਦੀ, ਉਹ ਸਾਡੀ ਅਪਾਰਟਮੈਂਟ ਆ, ਉਹ ਦੇਖੋ ਸਾਹਮਣੇ, ਇਹ ਆਪਣੇ ਦੂਸਰਾ ਆ ਬਲਵਰਤ ਹਿੱਲ ਸਬ ਡਿਵੀਜ਼ਨ ਆ, ਆਹ ਦੇਖੋ ਇੱਦਾਂ ਦੇ ਸਾਰੇ ਪਾਸੇ ਇੱਕੋ ਜਿਹੇ ਘਰ ਆ, ਇੱਥੇ ਦੇਖ ਸਕਦੇ ਹਾਂ, ਆਹ ਐਂਟਰੀ ਆ ਸਾਡੇ, ਇੱਥੇ ਅਤੇ ਸਾਡੀ ਅਪਾਰਟਮੈਂਟ ਆ। ਅਤੇ ਹੁਣ ਮੀਂਹ ਡਿੱਗਣ ਲੱਗਾ, ਉਹ ਦੇਖੋ ਮੀਂਹ ਛਿੱਟਾਂ ਪੈਣ ਲੱਗ ਪਈਆਂ ਆ, ਅਤੇ ਇੱਥੋਂ ਥੋੜ੍ਹਾ ਕੁ ਏਰੀਆ ਦੂਰ ਆ, 5 ਕਿਲੋਮੀਟਰ, ਉੱਥੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ, ਹੁਣ ਨੱਠਣਾ ਪੈਣਾ ਮੈਨੂੰ ਲੱਗਦਾ, ਹੁਣ ਤਾਂ ਉੱਦਾਂ ਪਹੁੰਚ ਗਏ ਆਪਾਂ। ਅਤੇ ਉੱਧਰ ਭਾਅ ਜੀ ਹੁਣੇ ਅੱਜ ਬਣਾ ਰਹੇ ਆ ਖੀਰ ਪੂੜੇ, ਤਾਂ ਹੀ ਮੀਂਹ ਪਵਾ ਤਾ ਅੱਜ ਉਹਨਾਂ ਨੇ, ਉੱਧਰ ਖੀਰ ਪੂੜੇ ਬਣਾਉਂਦੇ, ਉਹ ਵੀ ਤੁਹਾਨੂੰ ਇੱਕ ਵਾਰ ਦਿਖਾ ਦੇਈਏ ਆਪਾਂ ਜਾਂਦੇ ਕੀ ਕਰਦੇ ਆ ਉਹ, ਹੈ ਨਾ, ਅਤੇ ਜਾਂਦੇ ਜਾਂਦੇ ਦਿਖਾ ਦਿੰਦੇ ਤੁਹਾਨੂੰ, ਅੱਜ ਖੀਰ ਪੂੜੇ ਖਾਣੇ ਅਸੀਂ। ਮੌਸਮ ਅੱਜ ਬਹੁਤ ਜ਼ਿਆਦਾ ਗਰਮੀ ਸੀਗੀ, ਅੱਜ ਤਾਂ ਵੀ ਆ ਗਿਆ, ਉਹ ਦੇਖੋ ਮੀਂਹ ਕਿੱਦਾਂ ਚੜਿਆ, ਉਹ ਆ ਜਾਓ ਇੱਧਰ ਆ ਜਾਓ ਮੇਰੇ ਪੁੱਤ, ਉਹ ਆਪਣਾ ਘਰ ਆ ਸਾਹਮਣੇ, ਇੱਥੇ ਨਵੀਂ ਬਿਲਡਿੰਗ ਬਣਦੀ ਆ ਅਪਾਰਟਮੈਂਟ ਆ, ਹੌਲੀ ਹੌਲੀ ਉਹ ਸਾਹਮਣੇ ਭਾਅ ਜੀ ਹੋਣਾ ਦਾ ਘਰ ਆ, ਇੱਥੇ ਲਓ ਇੱਕ ਮਿੰਟ ਲਾ ਦਾ ਭਾਅ ਜੀ ਘਰ ਨੂੰ। ਹੋਰ ਸੁਣਾਓ ਤੁਸੀਂ ਕਿੱਦਾਂ, ਠੀਕ ਠਾਕ ਆ ਸਾਰੇ? ਠੀਕ ਆ ਜੀ। ਅਤੇ ਵੀਡੀਓ ਕਿੱਦਾਂ ਦੀ ਲੱਗਦੀ ਆ ਦੱਸਿਓ ਜ਼ਰੂਰ, ਸੀਰੀਜ਼ ਕਿੱਦਾਂ ਲੱਗੀ, ਖਤਮ ਕਰਤੀ ਆਪਾਂ ਸੁਪਨਿਆਂ ਦਾ ਸੰਸਾਰ। ਲਓ ਜੀ ਆਪਾਂ ਪਹੁੰਚ ਗਏ ਭਾਅ ਜੀ ਘਰ, ਭਾਅ ਜੀ ਹੁਣ ਕਰਦੇ ਪਏ ਤਿਆਰੀਆਂ, ਹੈਂ ਆ ਕਸ਼ੀ ਦੇਖੋ ਬੈਠੀ ਆ, ਕਸ਼ੀ ਦੇਖੋ ਬੈਠੀ ਆ, ਦੇਖੋ ਕਸ਼ੀ ਬੈਠੀ ਆ, ਅੱਜ ਕੀ ਪੂੜੀਆਂ ਤਾਂ ਖੀਰ ਬਣਨੀ ਆ, ਪੂੜੀਆਂ ਦਾ ਖੀਰ ਬਣਨੀ ਆ, ਯੇ ਪੂੜੀਆਂ ਖੀਰ, ਮੀਂਹ ਆ ਗਿਆ, ਮੀਂਹ ਆ ਗਿਆ, ਪੂੜੀਆਂ ਖੀਰ ਬਣਾ ਲਈ, ਮੀਂਹ ਆ ਗਿਆ, ਪੂੜੇ ਖੀਰ, ਖੀਰ ਪੂੜੇ, ਖੀਰ ਪੂੜੇ, ਉਹ ਦੇਖ ਹਲਵਾਈ ਲੱਗੇ ਹੋ ਆ, ਬਾਲਟੀ ਲੱਕੜੀਆਂ ਬੜੀਆਂ ਸੋਹਣੀਆਂ ਰੱਖੀਆਂ, ਲੱਕੜੀਆਂ ਬੜੀਆਂ ਸੋਹਣੀ ਬਾਲਟੀ ਚ ਰੱਖੀਆਂ ਵੀ ਟੋਕਰੀ ਚ, ਇਹ ਸਾਈਡ ਤੇ ਕਰੋ, ਬਹੁਤ ਮੀਂਹ ਆ ਰਿਹਾ, ਬੰਤਾ ਹੀ ਬਹੁਤ ਪੈਂਦਾ ਮੀਂਹ।
ਆ ਪੂੜਾ ਤਾਂ ਹੱਲੋ ਤਾਂ ਕਿੱਦਾਂ ਦਾ ਸਵਾਦ ਆ ਨਹੀਂ ਨਹੀਂ ਚੱਲ ਆਪਾਂ ਖਸਕਾ ਲਾਂਗੇ ਲੋ ਜੀ ਮੀਂਹ ਆ ਗਿਆ ਤੇ ਸਾਰਾ ਜਗਾੜਮਿੰਟ ਸਾਨੂੰ ਕਰਨਾ ਪਿਆ ਸਾਈਡ ਤੇ ਸਾਰਾ ਜਗਾੜਮਿੰਟ ਸਾਈਡ ਤੇ ਕਰਨਾ ਪਿਆ ਹੁਣ ਇੱਧਰ ਚੁੱਲਾ ਲੱਗੂਗਾ ਸਲੀਨਾ ਪਾਣਾ ਨੇ ਕਰੂ ਤਾਂ ਪਾ ਦਿੱਤਾ ਮੰਮੀ ਦਾ ਚੁੱਲਾ ਹਲਾਉਣਾ ਪੈਣਾ ਹੁਣ ਕੱਪੜੇ ਜਾ ਕੱਪੜਾ ਦੇ ਲੋ ਕੱਪੜਾ ਨਹੀਂ ਨਹੀਂ ਦਵਾਉ ਕੋਈ ਕੋਈ ਤਰਨ ਤਾਂ बहुत पी अपने चलो मक्खियां घट आ इत्थे इंडिया इंडिया बनाया होंदा इत्थे मक्खियां ते मक्खियां चढ़िया होनी सी हां जी मैं टेस्ट कर लिया बन गया पूरा स्वाद है ਤੁਹਾਡਾ ਬਣੇ ਦੇ ਬਾਕੀ ਤੇਰਾ ਤੋਰੀਓ ਪਿੱਤੀ ਜਾਂਦਾ ਕੁਰਸੀ ਅਜੇ ਤਵਾ ਗਰਮ ਨਹੀਂ ਹੋਣਾ ਨਾ ਜੇ ਚੰਗੀ ਤਰ੍ਹਾਂ ਨਹੀਂ ਤਵਾ ਦਾ ਗਰਮ ਇੱਕ ਦੋ ਪੂੜੇ ਇੱਕ ਦੋ ਪੂੜੇ ਨਿਕਲਦੇ ਹੁੰਦੇ ਤਾਂ ਰੰਜੀ ਦੇ ਪਿਆਦੇ ਪੂੜੇ ਮੈਂ ਬਹੁਤ ਖਾਦੇ ਨਹੀਂ ਰੰਜੀ ਦੀ ਪੂੜੇ ਦੀਪੂ ਦੇ ਪਿਆਦੇ ਲੋ ਜੀ ਮੀਂਹ ਪੈਣ ਲੱਪਿਆ देखो मीह पैंदा मैं ना ही लैंदा सी मैं कहा मीह आ रहा है मीह देखो देदा आ दे देता किन्ना पैंदा मीह मीह आ गया है ते इस करके सानू चुल्हा भी इधर करना पिया तू मोर निकली जांदी मीच स्वाद भी ना ठंडा ठंडा है ना मौसम तेल उपर लपेट के कपड़ा तेल के गत्ते ना कोल कोल पूड़ा मिठा पूड़ा आप लून वाले पूड़े बनाए से मैं एक बारी ना चलो जी हम बाद मिलते हैं पूड़े खा लीए है ना तेल लाई दे कपड़ा लपेट के तेल लाई दे करो लुंगड़ी ओ बलूंगड़ी चढ़गा लो जी पूड़े हो गए तैयार ते आपा लगे खान खीर दे नाल ते खा के तुहानू दस दे किदां दे फीडबैक तुहानू दिंदे आ वधिया बणी खीर दे दा कॉम्बीनेशन तो बहुत वधिया है पूड़े ते खीर दा सोसां भी बनाया गया है क्योंकि टेस्टी बहुत लगदा खीर बहुत स्वाद बनी है और दूसरे बंदे सुके सेम था नहीं वो थोड़ी नहीं थोड़ी खा ली चलो ठीक है हम खा ली आप बाद गल्लां बातां मिलते अगले ब्लॉग टेक केयर।